making sure that folks have access to strong oral health uh, is essential and we know that 1/3 of canadians don't currently uh, so having uh, making sure that we can close that means that up to 9 million canadians will have access to the oral healthcare uh, that they need ਫੈਡਰਲ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ 4 ਲੱਖ ਤੋਂ ਵੱਧ ਯੋਗ ਕੈਨੇਡੀਅਨ ਪਹਿਲਾਂ ਹੀ ਇਸ ਯੋਜਨਾ ਲਈ ਸਾਈਨ ਅਪ ਕਰ ਚੁੱਕੇ ਹਨ ਪ੍ਰੋਗਰਾਮ ਨੂੰ ਪੜਾਵਾਂ ਵਿੱਚ ਉਹਨਾਂ ਲੋਕਾਂ ਤੱਕ ਲਜਾਇਆ ਜਾਵੇਗਾ ਜਿਨ੍ਹਾਂ ਕੋਲ ਇੰਸ਼ੋਰੈਂਸ ਨਹੀਂ ਅਤੇ ਜਾਂ 90000 ਡਾਲਰ ਤੋਂ ਘੱਟ ਦੀ ਪਰਿਵਾਰਕ ਆਮਦਨ ਹੈ ਮਈ ਤੋਂ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਅਤੇ ਜੂਨ ਤੱਕ ਅਪਾਹਜ ਵਿਅਕਤੀਆਂ ਅਤੇ ਬੱਚਿਆਂ ਲਈ ਅਤੇ ਅਗਲੇ ਸਾਲ ਤੱਕ ਬਾਕੀ ਬੱਚੇ ਸਾਰੇ ਕੈਨੇਡੀਅਨਾਂ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਪਰ ਅਪੁਆਇੰਟਮੈਂਟਸ ਕਦੋਂ ਮਿਲਣਗੀਆਂ ਇਸ ਬਾਰੇ ਹਲੇ ਤੱਕ ਕੋਈ ਬੇਰਵੇ ਨਹੀਂ ਆਏ ਹਨ ਸੋ ਹਜੇ ਤੱਕ ਤਾਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਨਾ ਹੀ ਗਵਰਨਮੈਂਟ ਵੱਲੋਂ ਨਾ ਹੀ ਰਾਇਲ ਕਾਲਜ ਵੱਲੋਂ ਉਹ ਇਵਨ ਲੋਕਾਂ ਨੇ ਵੀ ਕਿਸੇ ਕਦੇ ਪੇਸ਼ੈਂਟ ਨੇ ਆ ਕੇ ਇਹ ਨਹੀਂ ਕਿਹਾ ਵੀ ਅਸੀਂ ਸਾਡੇ ਕੋਲੇ ਸਰਟੀਫਿਕੇਟ ਹੈਗਾ ਅਸੀਂ ਇਹਦਾ انرੋਲ ਕੀਤਾ ਤੇ ਅਸੀਂ ਉਹਨੇ ਦਾ ਬੈਨੀਫਿਟ ਲੈਣਾ ਚਾਹੁੰਦੇ ਆ ਉਹਦੇ ਬਾਰੇ ਹਜੇ ਤੱਕ ਸਾਡੇ ਕੋਲੇ ਨਾ ਹੀ ਕੋਈ ਕੁਐਰੀ ਆਈ ਹੈ ਨਾ ਹੀ ਕੋਈ ਇਨਫੋਰਮੇਸ਼ਨ ਆਈ ਹੈ ਸੋ ਹਜੇ ਤੱਕ ਤਾਂ ਨਹੀਂ ਕੋਈ ਡੀਟੇਲ ਆਈ ਹੈ ਕਿ ਵੀ ਅ ਸਟਿਲ ਵੇਟਿੰਗ ਫਾਰ ਇਟ ਮਿਸਿਸ ਸਾਗਾ ਵਿੱਚ ਡੈਂਟਿਸਟ ਵਜੋਂ ਕੰਮ ਕਰਦੇ ਡਾਕਟਰ ਜਸ਼ਨ ਜੋੜਾ ਅਨੁਸਾਰ ਉਹਨਾਂ ਕੋਲ ਸਰਕਾਰ ਜਾਂ ਡੈਂਟਲ ਕਾਲਜ ਵੱਲੋਂ ਹਲੇ ਤੱਕ ਇਸ ਪ੍ਰੋਗਰਾਮ ਦੀ ਰੂਪਰੇਖਾ ਨਹੀਂ ਭੇਜੀ ਗਈ ਹੈ ਅਤੇ ਨਾ ਹੀ ਸੂਚਿਤ ਕੀਤਾ ਗਿਆ ਹੈ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਕੰਮ ਕਰੇਗਾ ਇਸ ਪ੍ਰੋਗਰਾਮ ਦਾ ਆਨ ਪ੍ਰਦਾਨ ਅਤੇ ਬਿਲਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ ਅਤੇ ਇਸ ਪ੍ਰੋਗਰਾਮ ਦੇ ਯੋਗ ਮਰੀਜ਼ ਉਹਨਾਂ ਕੋਲ ਕਿਸ ਤਰ੍ਹਾਂ ਪਹੁੰਚ ਕਰਨਗੇ ਕਿ ਤਾਂ ਕੋਈ ਡਿਟੇਲਸ ਨਹੀਂ ਇਹਦੇ ਬਾਰੇ ਆਈਆਂ ਕਿ ਕੀ ਐਕਚੁਅਲੀ ਹੋਣਾ ਹੈ ਕਿਦਾਂ ਕਵਰੇਜ ਹੋਣੀ ਹੈ ਬਿਕਾਜ਼ ਇਟ ਹਾਸ ਟੂ ਮੇਕ ਸੈਂਸ ਟੂ ਦ ਡੈਂਟਿਸਟ ਐਸ ਵੈਲ ਉਹਨਾਂ ਨੇ ਵੀ ਆਫਟਰ ਆ ਸਰਵਾਈਵ ਕਰਨਾ ਹੈ ਬਟ ਅਗੇਨ ਜੇ ਥੋੜੀ ਡਿਟੇਲ ਆਉਗੀ ਫੇਰ ਹੀ ਦੱਸਿਆ ਜਾ ਸਕਦਾ ਹੈ ਇਹਦੇ ਬਾਰੇ ਕਿ ਵਾਕਈ ਇਹਦਾ ਲੋਕਾਂ ਨੂੰ ਜਾਂ ਕਿਸੇ ਨੂੰ ਫਾਇਦਾ ਹੋਣਾ ਹੈ ਜਾਂ ਇਟਸ ਜਸਟ ਅ ਟੈਕਟਿਕ ਫॉर ਵੋਟਸ ਐਂਡ ਆਲ ਇਲੈਕਸ਼ਨਸ ਵਾਸਤੇ ਹੀ ਹੈ ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਫਾਇਦਾ ਤਾਂ ਡੈਫੀਨੇਟਲੀ ਹੋਊਗਾ ਹੀ ਹੋਊਗਾ ਕਿੰਨਾ ਹੋਊਗਾ ਉਹ ਕਹਿਣਾ ਹਜੇ ਔਖਾ ਹੈ ਕਿਉਂਕਿ ਕੋਈ ਡਿਟੇਲਸ ਨਹੀਂ ਹੈਗੀਆਂ ਸਿਹਤ ਮੰਤਰੀ ਮਾਰਕ ਹੌਲੈਂਡ ਵੀ ਮੰਨਦੇ ਹਨ ਕਿ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਇੰਨਾ ਆਸਾਨ ਨਹੀਂ ਪਰ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਹੀ ਭਾਈਵਾਲਾਂ ਨੂੰ ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਸੂਚਿਤ ਕੀਤਾ ਜਾਵੇਗਾ There are some difficulties and challenges in some of those conversations, uh, but we're ready uh, imminently to be able to share information uh, with, uh, with all providers, with all dentists. But it was really important that we work through those issues with the associations over the last little while, uh, and we'll be able to talk about the fruits of those negotiations very soon. <laughs> ਹੁਣ ਐਨਡੀਪੀ ਦਵਾਈਆਂ ਨੂੰ ਮੁਕਤ ਦੇਣ ਲਈ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਉਣ ਲਈ ਲਿਬਰਲ ਸਰਕਾਰ ਉੱਪਰ ਦਬਾਅ ਬਣਾ ਰਹੀ ਹੈ ਪਰ ਫ੍ਰੀ ਦੰਦਾਂ ਦੀ ਦੇਖਭਾਲ ਵਾਲਾ ਇਹ ਪ੍ਰੋਗਰਾਮ ਕਿੰਨਾ ਸਫਲ ਹੁੰਦਾ ਹੈ ਇਸ ਦਾ ਜਵਾਬ ਕੁਝ ਦੇਰ ਬਾਅਦ ਹੀ ਮਿਲੇਗਾ ਜਸਪ੍ਰੀਤ ਪੰਦੇਰ ਓਮਨੀ ਨਿਊਜ਼